ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਜਿੱਥੇ ਸੂਬੇ ਭਰ ਵਿਚ ਚੋਣਾਂ ਦਾ ਕੁਝ ਹੀ ਘੰਟੇ ਰਹਿ ਗਿਆ ਚੋਣ ਪ੍ਰਚਾਰ ਖਤਮ ਹੋਣ ਦੇ ਵਿਚ, ਜਿਸ ਨੂੰ ਲੈ ਕੇ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਵਿਧਾਨ ਸਭਾ ਹਲਕਾ ਖਰੜ ਦੇ ਇਲਾਕਿਆਂ ਦਾ ਦੌਰਾ ਕੀਤਾ ਗਿਆ। ਉਹਨਾਂ ਵੱਲੋਂ ਰੋਡ ਸ਼ੋਅ ਕੀਤਾ ਗਿਆ। ਉਹਨਾਂ ਦੇ ਨਾਲ ਹਲਕਾ ਇੰਚਾਰਜ ਰਾਣਾ ਰਣਜੀਤ ਸਿੰਘ ਗਿੱਲ, ਐਜੀਪੀਸੀ ਮੈਂਬਰ ਚਰਨਜੀਤ ਸਿੰਘ ਕਾਲੇਵਾਲ, ਐਜੀਪੀਸੀ ਮੈਂਬਰ ਅਜਮੇਰ ਸਿੰਘ ਖੇੜਾ ਅਤੇ ਕਈ ਹੋਰ ਸੀਨੀਅਰ ਆਗੂ ਨਾਲ ਸਨ। ਉੱਥੋਂ ਦੁਕਾਨੇ ਮੌਕੇ ਦੀਆਂ ਝਲਕੀਆਂ ਡੋਰ ਟੂ ਡੋਰ ਤੇ ਦੁਕਾਨਾਂ ਉੱਪਰ ਅਤੇ ਮੇਨ ਬਾਜ਼ਾਰ ਅਤੇ ਹੋਰ ਘਰਾਂ ਵਿੱਚ ਵੀ ਜਾ ਰਹੇ ਡੋਰ ਟੂ ਡੋਰ ਕਰਦੇ, ਉਹ ਮੌਕੇ ਦੀਆਂ ਝਲਕੀਆਂ ਦੇਖੋ।